स्टूडेंट्स वेलकम आवर टूडेज टॉपिक इज इंटर एंड इंटरा इंडिविजुअल डिफरेंसिज इंटर इंटरा इंडिविजुअल डिफरेंसिज की होंगे अस अज्दे बारे गल करे इंटर इंटर मीनस की है इंटर इज अ प्रीफिक्स दैट इज इंडीकेटिव ऑफ द सेंस ऑफ बिटवीन इंटर का मतलब हो गया ਕੋਈ ਵੀ ਦੋ ਵਿਅਕਤੀ ਦੋ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਵਿਚਕਾਰ ਜਦੋਂ ਅਸੀਂ ਕੋਈ ਵੀ ਫਰਕ ਲੱਭਾਂਗੇ ਡਿਫਰੈਂਸ ਲੱਭਾਂਗੇ ਉਹਨੂੰ ਅਸੀਂ ਕਹਾਂਗੇ ਇੰਟਰ ਇੰਟਰਾ ਇਜ਼ ਅ ਪ੍ਰੀਫਿਕਸ ਥੈਟ ਇਜ਼ ਇੰਡੀਕੇਟਿਵ ਆਫ ਦਾ ਸੈਂਸ ਆਫ ਵਿਦਿਨ ਆਪਣੇ ਆਪ ਦੇ ਵਿੱਚ ਜੇਕਰ ਅਸੀਂ ਕਿਸੇ ਇੱਕ ਇੰਡੀਵਿਜੂਅਲ ਦੀ ਗੱਲ ਕਰ ਰਹੇ ਹਾਂ ਤਾਂ ਸਪੋਤ ਕਰੋ ਅਸੀਂ ਆਪਣੇ ਬਾਰੇ ਹੀ ਗੱਲ ਕਰ ਰਹੇ ਹਾਂ ਤਾਂ ਜੋ ਆਪਣੇ ਵਿਚਕਾਰ ਡਿਫਰੈਂਸਸ ਨੇ ਆਪਣੇ ਅੰਦਰ ਡਿਫਰੈਂਸਸ ਨੇ ਉਹਨਾਂ ਦੀ ਗੱਲ ਕੀਤੀ ਇੱਥੇ ਦਾ ਡਿਫਰੈਂਸ ਬੀਟਵੀਨ ਇੰਟਰ ਐਂਡ ਇੰਟਰਾ ਇੰਟਰ ਹੈ ਬੀਟਵੀਨ অর ਅਮੰਗ ਟੂ অর ਮੋਰ ਗਰਪਸ ਚਾਹੇ ਅਸੀਂ ਦੋ ਵਿਅਕਤੀਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਗਰੁੱਪਸ ਦੀ ਗੱਲ ਕਰ ਲਈਏ ਗਰੁੱਪ ਦੇ ਵਿੱਚ ਕਿੰਨੇ ਜਿਆਦਾ ਪੀਪਲ ਹੋ ਸਕਦੇ ਨੇ ਅਨਲਿमिटेड ਤਾਂ ਅਸੀਂ ਉਹਨਾਂ ਵਿਚਕਾਰ ਜਦੋਂ ਸਾਰਿਆਂ ਦੇ फर्क की गल करा डिफरेंस की गल करा तो होएगा इंटर इंडिविजुअल डिफरेंसि इंटरा डील विद ऑब्जैक्ट दैट आर फॉन इन ऑनली वन ग्रुप एंड शोज दैट समथिंग इज ऑन द इनसाइड और विद इन इट इट मीनस कि अस्तु या किसी एक व्यक्ति की गल करा एक ग्रुप ਸਪੋਜ਼ ਆਪਾਂ ਆਪਣੀ ਖੁਦ ਹੀ ਐਗਜ਼ੈਂਪਲ ਲੈ ਰਹੇ ਹਾਂ ਅਸੀਂ ਕਿਤੇ ਬਾਹਰ ਘੁੰਮਣ ਦੇ ਲਈ ਗਏ ਫਸਟ ਟਾਈਮ ਸਾਡਾ ਵੀ ਉਹਦੇ ਲਈ ਬਹੁਤ ਅੱਛਾ ਸੀ ਠੀਕ ਹੈ ਜੀ ਸੈਕਿੰਡ ਟਾਈਮ ਸਾਡਾ ਜਿਹੜਾ ਦਿਲ ਉੱਥੇ ਨਹੀਂ ਲੱਗਿਆ ਇਹ ਕੀ ਹੋ ਗਿਆ ਸਾਡੇ ਇੰਟਰ ਸਾਡਾ ਇੰਟਰਾ ਅੰਦਰ ਜੋ ਵੀ ਸਾਡੇ ਫੀਲਿੰਗਸ ਨੇ ਸਾਡੇ ਜਿਹੜੇ ਥੌਟਸ ਨੇ ਉਹ ਵੀ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਨੇ ਇਸ ਕਰਕੇ ਕੀ ਹੈ intra individual differences मीनिंग ऑफ इंट्रा इंडिविजुअल डिफरेंसेस ਕੀ ਹੈ ਇੰਟਰਾ ਡੀल्स ਵਿਦ ক্লোਜ਼ਡ ਸਿਸਟਮ ক্লোਜ਼ਡ ਜਿਹੜਾ ਸਿਰਫ ਅੰਦਰ ਇੱਕੋ ਹੀ ਵਿਅਕਤੀ ਦਾ ਹੈ ਕਿਉਂਕਿ ਇਹ ਜਿਹੜੇ ਡਿਫਰੈਂਸ ਨੇ ਕਈ ਵਾਰ ਕਿਸੇ ਨੂੰ ਸ਼ੋ ਨਹੀਂ ਹੁੰਦੇ ਸਾਨੂੰ ਖੁਦ ਨੂੰ ਹੀ ਪਤਾ ਹੁੰਦਾ ਹੈ ਜਿਹੜੇ ਇੰਟਰਾ ਡਿਫਰੈਂਸਸ ਹੁੰਦੇ ਹੈ ਕੈਰੈਕਟਿਸਟਿਕਸ ਸਾਨੂੰ ਕਿਵੇਂ ਪਤਾ ਲੱਗੇਗਾ ਐਫਰਟਸ ਫਰਸਟ ਇਜ਼ ਐਫਰਟਸ ਜਿਹੜਾ ਇੱਕ ਵਿਅਕਤੀ ਆ ਖੁਦ ਐਫਰਟਸ ਕਰਦਾ ਏ ਹੁਣ ਜਦੋਂ ਐਫਰਟਸ ਕਰਦਾ ਏ ਉਹਦੇ ਕਿਸੇ ਕੰਮ ਦੇ ਪ੍ਰਤੀ ਐਫਰਟਸ ਜ਼ਿਆਦਾ ਹੋਣਗੇ ਤੇ ਕਿਸੇ ਦੇ ਪ੍ਰਤੀ ਘੱਟ ਹੋਣਗੇ ਸਪੋਜ਼ ਕਰੋ ਤੁਸੀਂ ਜਿਹੜਾ ਇਹ ਪੇਪਰ ਪੜ੍ਹ ਰਹੇ ਹੋ ਪੇਪਰ ਸੈਕੰਡ ਅੱਜ ਤੁਸੀਂ ਬਹੁਤ ਇੰਟਰਸਟ ਨਾਲ ਪੜ੍ਹ ਰਹੇ ਹੋ ਬਟ ਸੈਕੰਡ ਸੈਮੈਸਟਰ ਦੇ ਵਿੱਚ ਕੀ ਹੋਏਗਾ ਕਿਉਂਕਿ ਜਰੇ ਤੁਹਾਨੂੰ ਪੇਪਰ ਹੀ ਨਹੀਂ ਹੋਏਗਾ ਫਿਰ ਤੁਸੀਂ ਇਹਨੂੰ ਨਹੀਂ ਪੜੋਗੇ ਤੁਸੀਂ ਇਹਨੂੰ ਉਸ ਟਾਈਮ ਪੜੋਗੇ ਜਦੋਂ ਤੁਹਾਨੂੰ ਇਹਦੀ ਜ਼ਰੂਰਤ ਪੈਗੀ ਮੈਮਰੀ ਸਾਡੀ ਜਿਹੜੀ ਮੈਮਰੀ ਹੈ ਉਹ ਵੀ ਇੱਕ ਟਾਈਮ ਲਿਮਿਟ ਹੈ ਜੀ ਤੱਕ ਬਹੁਤ ਸ਼ਾਰਪ ਰਹਿੰਦੀ ਹੈ ਤੇ ਉਸ ਤੋਂ ਬਾਅਦ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ ਇਹ ਸੀ ਸਿਰਫ ਇੱਕ ਇੰਡੀਵਿਜੂਅਲ ਦੀ ਗੱਲ ਕਰ ਰਹੀ ਹਾਂ ਇੰਟਰਾ ਇੰਡੀਵਿਜੂਅਲ ਡਿਫਰੈਂਸਸ ਦੀਆਂ ਕੈਰੈਕਟਿਸਟਿਕਸ ਨੇ ਇੰਟੈਲੀਜੈਂਸ ਕੋਈ ਵੀ ਵਿਅਕਤੀ ਹੈ ਇੰਟੈਲੀਜੈਂਟ ਸਾਰੇ ਹੁੰਦੇ ਨੇ ਬਟ ਉਹਦਾ ਜਿਹੜੇ ਲੈਵਲ ਦਾ ਫਰਕ ਹੁੰਦਾ ਹੈ ਹੁਣ ਇੰਟੈਲੀਜੈਂਟ ਵੀ ਵਿਅਕਤੀ ਕਿਸੇ ਹੱਦ ਤੱਕ ਹੀ ਰਹਿ ਸਕਦਾ ਹੈ ਛੋਟਾ ਹੁੰਦਾ ਦੇਖੋ ਬੱਚਾ ਬਹੁਤ ਇੰਟੈਲੀਜੈਂਟ ਹੁੰਦਾ ਬਟ ਜਿਉਂ ਜਿਉਂ ਵੱਡਾ ਹੁੰਦਾ ਜਿਹੜੀ ਉਹਦੀ ਯਾਦ ਰੱਖਣ ਦੀ ਸ਼ਕਤੀ ਹੈ ਉਹ ਘਟਦੀ ਜਾਂਦੀ ਹੈ ਹਾਰਡ ਵਰਕ ਇੱਕ ਜਿਹੜਾ ਇੰਡੀਵਿਜੂਅਲ ਹੈ ਉਹ ਹਾਰਡ ਵਰਕ ਕਰਦਾ ਹੈ ਕਿਸੇ ਇੱਕ ਚੀਜ਼ ਲਈ ਵੀ ਕਰ ਸਕਦਾ ਹੈ ਦੋ ਚੀਜ਼ਾਂ ਦੇ ਲਈ ਵੀ ਕਰ ਸਕਦਾ ਹੈ ਬਟ ਦੇਖੇਗਾ ਵੀ ਇਹ ਚੀਜ਼ ਜੇਕਰ ਉਹਨੂੰ ਪ੍ਰਾਇੋਰਟੀ ਬੇਸ ਤੇ ਜ਼ਰੂਰਤ ਹੈ ਤਾਂ ਉਹਦੇ ਲਈ ਉਹ ਹਾਰਡਵਰਕ ਜ਼ਿਆਦਾ ਕਰੇਗਾ ਅਟੈਂਸ਼ਨ ਅਟੈਂਸ਼ਨ ਹੁੰਦਾ ਧਿਆਨ ਦੇਣਾ ਉਹੀ ਗੱਲ ਆਏਗੀ ਵੀ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਜਿਹੜਾ ਸਾਡਾ ਏਮ ਅਸੀਂ ਸਾਹਮਣੇ ਰੱਖਿਆ ਹੋਇਆ ਹੈ ਅਸੀਂ ਉਹਨੂੰ ਪੂਰਾ ਕਰਨ ਦੇ ਲਈ ਅਟੈਂਸ਼ਨ ਦਵਾਂਗੇ ਜੇ ਇੱਕ ਵਿਅਕਤੀ ਦਾ ਕੰਮ ਹੋਏਗਾ ਇੱਕ ਵਿਅਕਤੀ ਨੇ ਗੋਲ ਅਚੀਵ ਕਰਨਾ ਹੈ ਤਾਂ ਉਹ ਉਹਦੇ ਵੱਲ ਜਿਹੜਾ ਧਿਆਨ ਹੈ ਉਹ ਦੇਵੇਗਾ ਇੰਟਰਸਟ ਕੋਈ ਵੀ ਜਿਹੜਾ ਇੰਡੀਵਿਜੂਅਲ ਹੈ ਇਕੱਲੇ ਇਸ ਵਿਅਕਤੀ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਜਿਹੜੇ ਇੰਟਰਸਟ ਨੇ ਵੱਖਰੇ ਵੱਖਰੇ ਹੋ ਸਕਦੇ ਨੇ ਕਿਸੇ ਇੱਕ ਚੀਜ਼ ਬਾਰੇ ਵੀ ਵੱਖਰੇ ਵੱਖਰੇ ਹੋ ਸਕਦੇ ਨੇ ਟਾਈਮ ਟੂ ਟਾਈਮ ਇਹ ਸੀ ਇੰਟਰਾ ਇੰਡੀਵਿਜੂਅਲ ਡਿਫਰੈਂਸਸ ਦੀਆਂ ਵਿਸ਼ੇਸ਼ਤਾਵਾਂ ਹੁਣ ਅਸੀਂ ਕਰਾਂਗੇ ਇੰਟਰ ਇੰਡੀਵਿਜੂਅਲ ਡਿਫਰੈਂਸਸ ਸਭ ਤੋਂ ਪਹਿਲਾ ਹੈ sex based differences ਜਿਹੜੀਆਂ ਲੜਕੀਆਂ ਨੇ ਤੇ ਲੜਕੇ ਨੇ ਉਹਨਾਂ ਦੇ ਵਿਚਕਾਰ ਵੀ ਫਰਕ ਹੁੰਦਾ ਹੈ ਉਹਨਾਂ ਦੇ ਜਿਹੜੇ ਇੰਟਰਸਟ ਕਹਿ ਲਓ ਐਟੀਟਿਊਡ ਕਹਿ ਲਓ ਉਹਨਾਂ ਦੇ ਐਪਟੀਟਿਊਡ ਕਹਿ ਲਓ ਸਾਰਿਆਂ ਦੇ ਵਿੱਚ ਫਰਕ ਹੁੰਦਾ ਹੈ ਡੂ ਟੂ ਬੀ ਇਹ ਗਰਲ অর ਅ ਬாய் ਫਿਜ਼ੀਕਲ ਡਿਫਰੈਂਸਸ ਕੋਈ ਵੀ ਜਿਹੜੇ ਦੋ ਬੱਚੇ ਨੇ ਵਿਅਕਤੀ ਨੇ ਉਹ ਕਦੇ ਵੀ ਸੇਮ ਨਹੀਂ ਹੁੰਦੇ ਉਹਨਾਂ ਦੇ ਵਿੱਚ ਜਿਹੜਾ ਫਿਜ਼ੀਕਲ ਡਿਫਰੈਂਸ ਹੈ ਉਹ ਹਮੇਸ਼ਾ ਹੀ ਪਾਇਆ ਜਾਂਦਾ ਹੈ ਹਾਈਟ ਦੇ ਅਕੋਰਡਿੰਗ ਵੀ ਤੁਸੀਂ ਦੇਖ ਸਕਦੇ ਹੋ weight ਦੇ ਅਕੋਰਡਿੰਗ ਵੀ ਦੇਖ ਸਕਦੇ ਹੋ ਨੈਣ ਨਕਸ਼ੇ ਹੋਗੇ ਠੀਕ ਹੈ ਇਹ ਜਿਹੜੇ ਫਿਜ਼ੀਕਲ ਡਿਫਰੈਂਸਸ ਨੇ ਉਹ ਸਾਰਿਆਂ ਦੇ ਵਿੱਚ ਪਾਏ ਜਾਂਦੇ ਨੇ ਸਪੈਸ਼ਲ ਐਬਿਲਿਟੀਆਂ ਸਾਰੇ ਜਿੰਨੇ ਵੀ ਅਸੀਂ ਗਰੁੱਪਸ ਦੀ ਗੱਲ ਕਰਦੇ ਹਾਂ ਜਾਂ ਵਿਅਕਤੀਆਂ ਦੀ ਗੱਲ ਕਰਦੇ ਹਾਂ ਉਹ ਸਾਰਿਆਂ ਦੇ ਵਿੱਚ ਸਪੈਸ਼ਲ ਐਬਿਲਿਟੀਆਂ ਹੁੰਦੀਆਂ ਨੇ ਕੁਝ ਖਾਸ ਯੋਗਤਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਬੇਸ ਤੇ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਹੁੰਦੀ ਹੈ ਮੈਂਟਲ ਟ੍ਰੇਟਸ ਮੈਂਟਲ ਟ੍ਰੇਟਸ ਵੀ ਸਭ ਦੇ ਵੱਖਰੇ ਵੱਖਰੇ ਹੁੰਦੇ ਆ ਕਿਸੇ ਦਾ ਆਈਕਿਊ ਲੈਵਲ ਜ਼ਿਆਦਾ ਹੁੰਦਾ ਹੈ ਕਿਸੇ ਦਾ ਘੱਟ ਹੁੰਦਾ ਹੈ ਕੋਈ ਕਿਸੇ ਤਰੀਕੇ ਨਾਲ ਸੋਚਦਾ ਹੈ ਕੋਈ ਕਿਸੇ ਚੀਜ਼ ਨੂੰ ਕਿਸੇ ਤਰੀਕੇ ਨਾਲ ਸੋਚਦਾ ਹੈ ਨੈਸ਼ਨੈਲਿਟੀ ਡਿਫਰੈਂਸਸ ਪੂਰੇ ਜੇਕਰ ਸੀ ਕੰਟਰੀ ਦੀ ਗੱਲ ਕਰੀਏ ਚਾਹੇ ਸੀ ਵਰਲਡ ਦੀ ਗੱਲ ਕਰੀਏ ਤਾਂ ਇਹਦੇ ਅਕੋਰਡਿੰਗ ਵੀ ਜਿਹੜੇ ਇੰਡੀਵਿਜੂਅਲ ਨੇ ਉਹ ਸਾਰੇ ਸਾਨੂੰ ਡਿਫਰੈਂਟ ਡਿਫਰੈਂਟ ਹੀ ਮਿਲਣਗੇ ਕਿਉਂਕਿ ਜਿਹੜੇ ਦੇਸ਼ ਦੇ ਉਹਨਾਂ ਦਾ ਰਹਿਣ ਸਹਿਣ ਅਲੱਗ-ਅਲੱਗ ਹੈ ਤੇ ਉਹਦੇ ਅਕੋਰਡਿੰਗ ਹੀ ਉੱਥੋਂ ਦੇ ਜਿਹੜੇ ਇੰਡੀਵਿਜੂਅਲ ਨੇ ਉਹ ਇੱਕ ਦੂਸਰੇ ਤੋਂ ਡਿਫਰੈਂਟ ਹੋਣਗੇ ਸੋਸ਼ਲ ਡਿਫਰੈਂਸਸ ਅਸੀਂ ਇਕੱਲੇ ਆਪਣੀ ਸੁਸਾਇਟੀ ਦੀ ਗੱਲ ਕਰ ਲਈਏ ਇੱਥੇ ਅਸੀਂ ਇੱਕ ਸੁਸਾਇਟੀ ਦੀ ਗੱਲ ਕਰੀਏ ਜ਼ਿਕਰ ਸਪੋਜ਼ ਕਰੋ ਅਸੀਂ ਪੰਜਾਬ ਦੇ ਕਿਸੇ ਇੱਕ ਸ਼ਹਿਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਸਾਨੂੰ ਸੋਸ਼ਲ ਡਿਫਰੈਂਸ ਮਿਲੇਗਾ ਤੇ ਉਸ ਅਕੋਰਡਿੰਗ ਜਿੰਨੇ ਉੱਥੇ ਲੋਕ ਰਹਿ ਰਹੇ ਨੇ ਜੇ ਅਸੀਂ ਬੱਚਿਆਂ ਦੀ ਗੱਲ ਕਰੀਏ ਭਾਵੇਂ ਵੱਡਿਆਂ ਦੀ ਗੱਲ ਕਰੀਏ ਉਹਨਾਂ ਦੇ ਜਿਹੜਾ ਸੋਸ਼ਲ ਡਿਫਰੈਂਸ ਆ ਉਹ ਵੀ ਪਾਇਆ ਜਾਂਦਾ ਹੈ ਐਟੀਟਿਊਡ ਡਿਫਰੈਂਸ ਸਬਦਾ ਜਿਹੜਾ ਐਟੀਟਿਊਡ ਆ ਉਹ ਵੱਖਰਾ ਵੱਖਰਾ ਹੁੰਦਾ ਹੈ ਕਿਸੇ ਵੀ ਦੋ ਵਿਅਕਤੀਆਂ ਦਾ ਜਿਹੜਾ ਐਟੀਟਿਊਡ ਆ ਉਹ ਸੇਮ ਨਹੀਂ ਹੋਏਗਾ ਜੇ ਕਿਸੇ ਗੱਲ ਤੇ ਸੇਮ ਹੋਏਗਾ ਵੀ ਤਾਂ ਉਹਨਾਂ ਦੇ ਜਿਹੜੇ ਥੌਟਸ ਨੇ ਉੱਥੇ ਅਲੱਗ-ਅਲੱਗ ਹੋਣਗੇ ਫੈਮਿਲੀ ਬੈਕਗ੍ਰਾਉਂਡ ਅਸੀਂ ਇੰਟਰ ਇੰਡੀਵਿਜੂਅਲ ਡਿਫਰੈਂਸਸ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ ਕੀ ਹੈ ਸਭ ਦੀ ਜਿਹੜੀ ਫੈਮਿਲੀ ਬੈਕਗ੍ਰਾਉਂਡ ਹੈ ਉਹ ਵੀ ਅਲੱਗ-ਅਲੱਗ ਹੈ ਤੁਸੀਂ ਤੁਹਾਡੀ ਕਲਾਸ ਦੇ ਜਿਹੜੇ ਬੱਚੇ ਪੜ੍ਹ ਰਹੇ ਹੈ ਜਾਂ ਤੁਸੀਂ ਜਿਹੜੇ ਮੁਹੱਲੇ ਦੇ ਵਿੱਚ ਪਿੰਡ ਦੇ ਵਿੱਚ ਰਹਿ ਰਹੇ ਹੋ ਤੁਸੀਂ ਉੱਥੇ ਦੇਖੋ ਵੀ ਕੀ ਸਭ ਦੀ ਫੈਮਿਲੀ ਬੈਕਗ੍ਰਾਉਂਡ ਸੇਮ ਹੈ ਨਹੀਂ ਕਦੇ ਵੀ ਤੁਹਾਨੂੰ ਜਿਹੜੀ ਫੈਮਿਲੀ ਬੈਕਗ੍ਰਾਉਂਡ ਆ ਇਕੁਅਲ ਨਹੀਂ ਮਿਲੇਗੀ ਅਚੀਵਮੈਂਟ ਡਿਫਰੈਂਸਸ ਹੁਣ ਹਰ ਇੱਕ ਬੱਚੇ ਦੇ ਜਿਹੜੇ ਅਚੀਵਮੈਂਟਸ ਨੇ ਚਾਹੇ ਉਹ ਸਟੱਡੀ ਦੇ ਵਿੱਚ ਦੇਖ ਲਓ ਕੋਈ ਕਰੀਕੂਲਰ ਐਕਟੀਵਿਟੀਜ਼ ਦੇ ਵਿੱਚ ਦੇਖ ਲਓ ਕਿਸੇ ਹੋਰ ਤਰ੍ਹਾਂ ਦੇ ਕੰਮ ਦੇ ਵਿੱਚ ਦੇਖ ਲਓ ਉਹ ਸਾਰੀਆਂ ਸਾਨੂੰ ਡਿਫਰੈਂਟ ਡਿਫਰੈਂਟ ਹੀ ਮਿਲਣੀਆਂ ਇਕਨੋਮਿਕ ਸਟੇਟਸ ਡਿਫਰੈਂਸ ਕਿਸੇ ਵੀ ਦੋ ਫੈਮਿलीज ਦਾ ਜਿਹੜਾ ਇਕਨੋਮਿਕ ਸਟੇਟਸ ਆ ਉਹ ਤੁਹਾਨੂੰ ਸੇਮ ਨਹੀਂ ਮਿਲੇਗਾ ਤੇ ਇਹਦੇ ਅਕੋਰਡਿੰਗ ਵੀ ਜਿਹੜੇ ਅਸੀਂ ਇੰਟਰ ਇੰਡੀਵਿਜੂਅਲ ਡਿਫਰੈਂਸਸ ਨੇ ਉਹ ਪਾਏ ਜਾਂਦੇ ਨੇ ਕਲਚਰਲ ਸਟੇਟਸ ਡਿਫਰੈਂਸ ਜਿਹੜਾ ਹਰੇਕ ਕੰਟਰੀ ਦਾ ਹਰੇਕ ਸਟੇਟ ਦਾ ਜਿਹੜਾ ਕਲਚਰ ਆ ਉਹ ਵੱਖਰਾ-ਵੱਖਰਾ ਹੈ ਤੇ ਇਹ ਕਲਚਰ ਡਿਫਰੈਂਸ ਜਿਹੜਾ ਹੈਗਾ ਏ ਉਹਦੇ ਅਕੋਰਡਿੰਗ ਵੀ ਜਿਹੜੇ ਇੰਡੀਵਿਜੂਅਲ ਡਿਫਰੈਂਸਸ ਨੇ ਉਹ ਹੋਣਗੇ ਇਮੋਸ਼ਨਲ ਡਿਫਰੈਂਸਸ ਇਮੋਸ਼ਨਲ ਜਿਹੜੀ ਸਟੈਬਿਲਟੀ ਆ ਉਹ ਹੋਣੀ ਜ਼ਰੂਰੀ ਹੁੰਦੀ ਹੈ ਬਟ ਜਿਹੜੇ ਇਮੋਸ਼ਨਸ ਨੇ ਉਹਨਾਂ ਤੇ ਕੋਈ ਕੰਟਰੋਲ ਕਰ ਸਕਦਾ ਹੈ ਕੋਈ ਨਹੀਂ ਕਰ ਸਕਦਾ ਇਸ ਕਰਕੇ ਜਿਹੜੇ ਇਮੋਸ਼ਨਲ ਡਿਫਰੈਂਸਸ ਨੇ ਉਹ ਵੀ ਇੰਡੀਵਿਜੂਅਲ ਦੇ ਵਿੱਚ ਪਾਏ ਜਾਂਦੇ ਨੇ ਪਰਸਨੈਲਿਟੀ ਡਿਫਰੈਂਸ ਤੁਸੀਂ ਦੋ ਸਟੂਡੈਂਟ ਤੁਸੀਂ ਕਲਾਸ ਦੀ ਹੀ ਗੱਲ ਕਰ ਲਓ ਸਾਰੇ ਬੱਚੇ ਨੇ ਯੂਨੀਫਾਰਮ ਪਾਈ ਹੁੰਦੀ ਹੈ ਦੇਖਣ ਨੂੰ ਇੱਕੋ ਜਿਹੇ ਲੱਗਦੇ ਹੁੰਦੇ ਆ ਬਟ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਜਿਹੜੇ ਉਹਨਾਂ ਦੇ ਪਰਸਨੈਲਿਟੀ ਟ੍ਰੇਟਸ ਨੇ ਉਹ ਵੱਖਰੇ ਵੱਖਰੇ ਹੁੰਦੇ ਆ ਕਿਉਂਕਿ ਅਸੀਂ ਯੂਨੀਫਾਰਮ ਪਾ ਕੇ ਉਹਨਾਂ ਨੂੰ ਇੱਕੋ ਜਿਹਾ ਬਣਾ ਲਿਆ ਬਟ ਉਹਨਾਂ ਦੇ ਜਿਹੜਾ ਇੰਟਰਨਲ ਹੈ ਉਹਨਾਂ ਦਾ ਆਈਕਿਊ ਲੈਵਲ ਹੈ ਉਹਨਾਂ ਦੇ ਜਿਹੜੇ ਗੁਣ ਨੇ ਟ੍ਰੇਟਸ ਨੇ ਉਹ ਵੱਖਰੋ ਵੱਖਰੇ ਹੋਣਗੇ ਡিয়ার ਸਟੂਡੈਂਟਸ ਮੈਨੂੰ ਉਮੀਦ ਹੈ ਕਿ ਇਹ ਵਾਲਾ ਜਿਹੜਾ ਟੌਪਿਕ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਕਲੀਅਰ ਹੋ ਗਿਆ ਹੋਵੇਗਾ ਥੈਂਕਸ ਫॉर ਵਾਚਿੰਗ